ਜੀ ਦੋਸਤੋ ਅਸਲਾਮ ਅਲੈਕਮ ਕੀ ਹਾਲ ਜੇ ਸਾਰੇ ਭਰਾ ਵੀਰਾਂ ਦਾ ਠੀਕ ਹੋ ਜਨਾਬ ਲੋ ਜਨਾਬ ਇੱਕ ਛੱਤ ਆਈ ਹੈ ਮਾਸ਼ਾ ਜੀ ਦੋਸਤੋ ਜਨਾਬ ਇਹ ਕਬੂਤਰ ਨੇ ਮਾਸ਼ਾਅੱਲਾ ਪੂਰੀ ਛੱਤ ਤੇ ਤੇ ਮਾਸ਼ਾਅੱਲਾ ਜੇਟ ਚੈਂਪੀਅਨ ਵੀ ਰਹੀ ਹੈ ਛੱਤ ਅਕਸਰੀਅਤ ਤਕਰੀਬਨ ਇਹ ਛੱਤ ਮਾਸ਼ਾਅੱਲਾ ਕਰਦਿਆਂ ਕਰਦਿਆਂ ਜਿਹੜੀ ਹੈ ਨਾ 10 ਤੋਂ 12 ਸਾਲਾਂ ਦੀ ਇਹ ਛੱਤ ਹੈ ਮੁਕੰਮਲ ਇਹ ਜੋੜਿਆਂ ਵਾਲੇ ਕਬੂਤਰ ਨੇ ਤੇ ਉਹ ਜੋੜੇ ਨੇ ਜਿਨ੍ਹਾਂ ਦੇ ਬੱਚੇ ਮੈਂ ਖੁਦ ਫੋਰ ਸੇਲ ਕੀਤੇ ਨੇ ਤੇ ਜਗਾ ਜਗਾ ਦੇ ਭੇਜੇ ਨੇ ਪੂਰੇ ਪਾਕਿਸਤਾਨ ਵਿੱਚ ਇਹਨਾਂ ਦੇ ਬੱਚੇ ਮੈਂ ਭੇਜਦਾ ਰਿਆ ਅੱਗੂ ਸਾਰੀਆਂ ਬਲੈਡ ਲੈਣਾ ਜਿਹੜੀਆਂ ਨਾ ਐ ਪਈਆਂ ਨੇ ਇਹਨਾਂ ਦੀਆਂ ਮਜ਼ੀਦ ਜਨਾਬੇ ਅਲੀ ਜਲੇ ਇਹਨਾਂ ਕੋਲ ਅਵਰ ਹੁੰਦਾ ਸੀ ਬੱਚਾ ਮਾਸ਼ਾਅੱਲਾ ਤੇ ਮੈਂ ਸੇਲ ਕਰਨਾ ਸਾਂ ਤੇ ਕੁਝ ਕਬੂਤਰ ਇਹਨਾਂ ਮਾਸ਼ਾਅੱਲਾ ਕੁਝ عرصਾ ਪਹਿਲਾਂ ਤਕਰੀਬਨ 6-7 ਮਹੀਨੇ ਪਹਿਲਾਂ ਇਹ ਸਾਲ ਸਮਝ ਲਓ ਪਹਿਲੇ ਜਿਹੜੇ ਨੇ ਸੇਲ ਕਰ ਦਿੱਤਾ ਸੀ ਤੇ ਬਾਕੀ ਕੋਈ ਖਾਸ ਪਰਿੰਦੇ ਜਿਹੜੇ ਨੇ ਮਾਸ਼ਾਅੱਲਾ ਭਾਈ ਦੋਸਤ ਨੇ ਰੱਖੇ ਸੀ ਠੀਕ ਹੈ ਉਹ ਪਰਿੰਦੇ ਅੱਜ ਜਿਹੜੇ ਨਾ ਸ਼ੌਕੀਆ ਉਹਨਾਂ ਰੱਖੇ ਸੀ ਕਿ ਇਹ ਜੋੜੇ ਜਾਂ ਇਹ ਕਬੂਤਰ ਸਾਣੀ ਦੇਣੇ ਉੱਡੇ ਉਡਾਏ ਤੇ ਉਹ ਕਬੂਤਰ ਜਿਹੜੇ ਨੇ ਅੱਜ ਅਸੀਂ ਇਨਸ਼ਾਅੱਲਾ ਫਾਰ ਸੇਲ ਕਰ ਰਹੇ ਹਾਂ ਕੋਈ ਪਰਿੰਦਾ ਕੜਿਆ ਨਹੀਂ ਹੈ ਤੇ ਕੋਈ ਪਰਿੰਦਾ ਕੜਨਾਂ ਨਹੀਂ ਹੈ ਸਾਰੇ ਕਬੂਤਰ ਟਾਪ ਕੁਆਲਿਟੀ ਦੇ ਇਹ ਪੱਠੀਆਂ ਪੱਠੇ ਨੇ ਨਾ ਤੁਹਾਨੂੰ ਇਹਨਾਂ ਦਾ ਸ਼ੌਕ ਕਰਾਨੇ ਆ ਪਹਿਲੇ ਤੁਹਾਨੂੰ ਜੋੜਿਆਂ ਦਾ ਸ਼ੌਕ ਕਰਾ ਲੀਏ ਠੀਕ ਹੈ ਦੋਸਤੋ ਆਓ ਜੀ ਨਾਲ ਵੀਡੀਓ ਮੁਕੰਮਲ ਦੇਖਿਓ ਇਨਸ਼ਾਅੱਲਾ ਅੱਲਾ ਦੇ ਹੁਕਮੇ ਨਾਲ ਕਬੂਤਰ ਇਨਸ਼ਾਅੱਲਾ ਅਸੀਂ ਦੇਾਂਗੇ ਤੇ ਸਟਾਮ ਪੇਪਰ ਕਰਕੇ ਦੇਾਂਗੇ ਇੱਕ ਇੱਕ ਕਬੂਤਰ ਇੱਕ ਇੱਕ ਸ਼ਾਮ ਸ਼ਾਮ ਤੱਕ ਪਰਵਾਜ਼ਾਂ ਫਿਰੋਜ਼ਪੁਰੀ ਦੇ ਟੈਡੀਆਂ ਦੇ ਕਰਾਸ ਤੇ ਝੂਏ ਕਬੂਤਰ ਨੇ ਠੀਕ ਹੈ ਖਾਲਸ ਬਲੱਡ ਲੈਣਾ ਨੇ ਪਿਓਰ ਬਲੱਡ ਲੈਣਾ ਨੇ ਅਸੀਂ ਸ਼ੋਅ ਕਰਾਨੇ ਆ ਪੇ ਤੁਹਾਨੂੰ ਜੀ ਦੋਸਤੋ ਸ਼ੋਅ ਕਰਵਾਉਣ ਲੱਗੇ ਆ ਤੁਹਾਨੂੰ ਜਨਾਬ ਟੈਡੀ ਕਬੂਤਰ ਨਾਲ ਇਹ ਸਾਰੇ ਇਹਨਾਂ ਦੇ ਘਰ ਦੇ ਪੱਠੀਆਂ ਪੱਠੇ ਨੇ ਜਾਂ ਵੱਡੇ ਜੋੜੇ ਨੇ ਠੀਕ ਹੈ ਜਿੰਨੇ ਸ਼ੋਅ ਕਰਵਾਉਣ ਲੱਗੇ ਆ ਕਬੂਤਰ ਦੀ ਅੱਖ ਦੇਖੋ ਇਸ ਕਬੂਤਰ ਦਾ ਰਿਜ਼ਲਟ ਰਿਹਾ ਪਠਾ ਮਾਸ਼ਾਅੱਲਾ ਸ਼ਾਮ ਤੱਕ ਉੱਡਦਾ ਰਿਹਾ ਸ਼ਾਮ ਤੱਕ ਠੀਕ ਜੇਟ ਵੀ ਸ਼ਾਮ ਦੇ ਕਬੂਤਰ ਨੇ ਇਹ ਸਾਰੇ ਤੇ ਐਪਲਾ ਦੇਖੋ ਇਹਨਾਂ ਦੇ ਸਾਰੇ ਬਲੈਡ ਲੈਂਡ ਨੇ ਆਪਣੀ ਜ਼ਾਤੀ ਬਲੈਡ ਲੈਂਡ ਹੈ ਤੇ ਜਿੰਨੇ ਜੋੜਿਆਂ ਨੇ ਨੇ ਜਿੰਨੇ ਪੱਟੀਆਂ ਪੱਟਣ ਨੇ ਤੇ ਜਿੰਨੇ ਜਨਾਬ ਇਹਨਾਂ ਦੇ ਵੱਡੇ ਕਬੂਤਰ ਨੇ ਉਹ ਵੀ ਮੈਂ ਨਾਲ ਨਾਲ ਦਸਾਂਗਾ ਤੇ ਸਾਰੇ ਭਰਾ ਜਿੰਨੇ ਨੇ ਨਾ ਵੀਡੀਓ ਮੁਕੰਮਲ ਵੇਖ ਕੇ ਜਿੰਨਾਂ ਦੋਸਤਾਂ ਭਰਾਵਾਂ ਦੀ ਸਮਝ ਆ ਜਾਣਗੇ ਉਹ ਭਾਈ ਆ ਕੇ ਵੀ ਤਸੱਲੀ ਆ ਕੇ ਲੈ ਕੇ ਜਾ ਸਕਦੇ ਆ ਕਾਰਗੋ ਮੰਗਾਣਗੇ ਤੇ ਇਨਸ਼ਾਅੱਲਾ ਬਜਵਾ ਦੇਣਗੇ ਇੱਕ ਕਬੂਤਰ ਹੈ ਪੱਟੀ ਵਾਲਾ ਵੇ ਮਾਸ਼ਾਅੱਲਾ ਵਿੱਚ ਚਟੀਆਂ ਆਖਾਂ ਦਾ ਠੀਕ ਹੈ ਚਿੱਟਾ ਬੜਾ ਲਗਬਾਜ਼ ਦਾ ਬੁੱਤ ਇਹਨੂੰ ਲਕਵਾ ਔਰ ਗਰੰਟੀ ਆਪਵਾਸ ਹੈ ਗਰੰਟੀ ਆ ਸੁਣ ਰਹੇ ਹੋ ਮਾਸ਼ੱਲਾ ਗਰੰਟੀ ਨਾਲ ਪਾਸ ਕਬੂਤਰ ਠੀਕ ਹੈ 100% ਗਰੰਟੀ ਨਾਲ ਲੈ ਜਾਣਗੇ ਜਿਸ ਲੈਣੇ ਪਾ ਜਣ ਤੇ ਅੰਡੇ ਬੂਤ ਔਰ ਬੱਚਿਆਂ ਦੀਆਂ ਗਰੰਟੀਆਂ ਨੇ ਤੇ سٹਾਮ ਲਿਖ ਕੇ ਭਾਈ ਜਾਨੀ ਕਹਿੰਦੇ ਨੇ ਅਸੀਂ ਦੇਵਾਂਗੇ ਕਿ ਬੱਚੇ ਨਾ ਉਡਾਨ ਤੇ ਵਾਪਸ ਠੀਕ ਹੈ ਭਾਈ ਜਾਨ ਤੇ ਇਹ ਵਾਕਈ ਹੱਕੀ ਸੱਚੀ ਗੱਲ ਹੈ ਕਿ ਮੈਂ ਇਹਨਾਂ ਦੇ ਪਠੀਆਂ ਪੱਠੇ ਬੱਚੇ ਬੇਸ਼ੁਮਾਰ ਹੀ ਸੇਲ ਕੀਤੇ ਨੇ ਅੱਜ ਮੁਕੰਮਲ ਵੀਊ ਤੁਹਾਨੂੰ ਉਸ ਛਾਤਾ ਦਿਖਾ ਰਿਹਾ ਵਾਂ ਕਿਉਂਕਿ ਹੁਣ ਹੀ ਨਾ ਸ਼ੌਕ ਛੱਡ ਦਿੱਤਾ ਭਾਈ ਜਾਨ ਇਹ ਜੋੜਿਆਂ ਵਾਲੇ ਨੇ ਜੋੜਿਆਂ ਵਾਲੇ ਕਬੂਤਰ ਤੁਹਾਨੂੰ ਗਿਣਤੀ ਕਰਾ ਦੇਣਾ ਕਿੰਨੇ ਨੇ

ਆ ਉਮਾਰ ਦੀ ਪੱਠੀ ਏ ਠੀਕ ਹੈ ਇਹ ਵੀ ਜੋੜਿਆਂ 'ਚ ਲੱਗੀ ਏ ਠੀਕ ਹੈ ਸਾਰੇ ਜੋੜੇ ਰਿਜ਼ਲਟਰ ਨੇ ਤੇ ਪਾਸ ਨੇ ਬੱਚੇ ਵੀ ਨਿਕਲੇ ਨੇ ਨਾਲ ਦੋ ਕਿ ਜੋੜਿਆਂ ਦੇ ਬੱਚੇ ਵੀ ਨੇ ਕੋਈ ਜੰਡੇ ਨੇ ਅੰਡੇ ਤੇ ਭੰਡਿੱਤੇ ਨਹੀਂ ਨਾ ਭਾਈ ਜਰਾ ਤੇ ਬੱਚੇ ਜਿਹੜੇ ਨੇ ਉਹ ਵੀ ਨਾਲ ਮਿਲ ਜਾਣਗੇ ਨਿੱਕੇ ਨਿੱਕੇ ਬੱਚੇ ਨੇ ਛੋਟੇ ਛੋਟੇ ਹੁਣ ਤੁਹਾਨੂੰ ਸ਼ੋਅ ਕਰਾਨੇ ਨੇ ਜਨਾਬ ਅਸੀਂ ਪੱਠੀਆਂ ਪੱਠਿਆ ਨੇ ਇਹਨਾਂ ਦੇ ਅੱਗੇ ਪੱਠੀਆਂ ਪੱਠੇ ਨੇ ਜਿਹੜੇ ਹੁਣ ਮਜਬੂਰੀ ਲੱਗੇ ਆ ਦੇਣ ਲੋ ਜੀ ਭਾਈ ਜਾਨ ਇਹਨਾਂ ਵਿੱਚ ਵੀ ਇਹ ਸਾਰੇ ਉਹਨਾਂ ਦੇ ਪੱਠੀਆਂ ਪੱਠੇ ਨਿਕਲੇ ਨੇ ਅੱਛਾ ਭਾਈ ਜਾਨ ਆ ਜਿਹੜਾ ਤੁਸੀਂ ਸਲੇਟਾ ਕਬੂਤਰ ਤੁਹਾਡਾ ਮੈਂ ਬੜੇ ਅਰਸੇ ਤਰਾ ਤੱਕ ਵੀ 5 ਸਾਲ ਐ ਸਲੇਟੇ ਪੱਠਾ ਵੀ ਐ ਵੀ ਐ ਸਲੇਟੇ ਨਾ ਪੱਠਾ ਜੀ ਅੱਛਾ ਇਸ ਸਲੇਟੇ ਦਾ ਜ਼ਰਾ ਰਿਜ਼ਲਟ ਦੱਸਿਓ ਕੀ ਰਿਜ਼ਲਟ ਸਰਕਾਰ ਸਲੇਟਾ ਜਦੋਂ ਮਰਜ਼ੀ ਡਾਲੋ ਸ਼ਾਮ ਦਾ ਗੁੜਨਾ ਹੈ ਸਰਕਾਰ ਜੇਠ ਹੋਵੇ ਭਾਵੇਂ ਬਸਾਕ ਹੋਵੇ ਜਦੋਂ ਮਰਜ਼ੀ ਡਾਲਣਾ ਤੁਸੀਂ ਸਾਦਾ ਕੋਈ ਦਵਾਈ ਸ਼ਾਈਦ ਬਗੈਰ ਐ ਥਾਂ ਕਾ ਡਾਗ ਹੈ ਤੁਸੀਂ ਲੈ ਸਕਦੇ ਹੋ ਪੈਸੇ ਸਾਡੀ ਮਰਜ਼ੀ ਦੇ ਹੋਣਗੇ ਇਹ ਹਾਲ ਹੈ ਜੀ ਇਹ ਗੱਲ ਹੈ ਇਹ ਗੱਲ ਹੈ ਆ ਸੋਲੋ ਜੀ ਭਾਈ ਜੀ ਡਾਉਸ ਤਿਆਰ ਕਰ ਗਏ ਸਾਦਾ ਸ਼ਾਮੀ ਨਾ ਬੈਠਾ ਜਿਤਨੀਆਂ ਫੜਕਾਂ ਡਾਉਗੇ ਸ਼ਾਮੀ ਬੋਏਗਾ ਲੋ ਜੀ ਭਾਈ ਜਾਨ ਸਾਰਿਆਂ ਭਰਾ ਅਸੀਂ ਲੈ ਗਏ ਨੇ ਮਜਬੂਰੀ ਖਤਮ ਕਰਨੀ ਚਾਹਤੋ ਦੇਖ ਲੋ ਜਨਾਬ ਇਹ ਟੋਟਲ ਨਹੀਂ ਨਾ ਉਹ ਕਬੂਤਰ ਰੱਖੇ ਸੀ ਜਿਹੜੀਆਂ ਜੇਠਾਂ ਦੇ ਪ੍ਰਵਾਜ਼ਾਂ ਕਰਦੇ ਸੀ ਬਾਕੀ ਕਬੂਤਰ ਪਹਿਲਾਂ ਇਹਨਾਂ ਸ਼ੌਕੀਆਂ ਇਹਨਾਂ ਆਖਰੀ ਕਬੂਤਰ ਰੱਖੇ ਸਨ ਠੀਕ ਹੈ ਅੱਜ ਆਖਰੀ ਦੇ ਦਵਾ ਛੜੇ ਦੇ ਦਵਾ ਛੜੇ ਨੇ ਇਹ ਕਬੂਤਰ ਵੀ ਗਿਣ ਲੋ 19 ਪੀਸ ਉਧਰ ਜੇ ਤੇ 1 2 3 4 5 6 7 8 9 10 10 ਕਬੂਤਰ ਆਣੇ ਠੀਕ ਹੋ ਗਿਆ ਨਰ ਮਾਦੀਆਂ ਇਧਰ ਦੂਸਰੀ ਸਾਈਡ ਤੇ ਵੀ ਚੈੱਕ ਕਰਾਣੇ ਆ ਤੁਹਾਨੂੰ ਜਨਾਬ ਤਸੱਲੀ ਕਰਕੇ ਇੱਕ ਇੱਕ ਪੀਸ ਭਾਈ ਖੜਨਾ ਜੇ ਆਪਣਾ ਤਸੱਲੀ ਕਰਕੇ ਅਸੀਂ ਭਜਵਾ ਵੀ ਸਕਨੇ ਆ ਜਿਹੜੀ ਚੀਜ਼ ਦਿਖਾਵਾਂਗੇ ਇਨਸ਼ਾਅੱਲਾ ਉਹ ਮੁਕੰਮਲ ਦੇਾਂਗੇ ਠੀਕ ਹੈ ਐ ਵੀ ਜਨਾਬ ਸਾਰੇ ਘਰ ਦੇ ਪੱਟੀਆਂ ਪੱਠੇ ਨੇ ਠੀਕ ਹੈ ਉਹਨਾਂ ਵਿੱਚੋਂ ਹੀ ਨਿਕਲੇ ਨੇ ਉਹਨਾਂ ਵਿੱਚੋਂ ਇਹ ਜੇੜਦੀਆਂ ਸ਼ਾਮ ਤੱਕ ਪਰਵਾਦਾਂ ਦੇ ਰਹੇ ਸੀ ਇੱਕ ਭਾਈ ਸੀ ਉਹਨਾਂ ਰੱਖੇ ਸੀ ਤੇ ਮੜ ਕੇ ਹੁਣ ਮਜਬੂਰੀ ਤੂ ਇਹ ਦੇਣ ਲੱਗੇ ਨੇ ਠੀਕ ਹੈ ਆ ਤਾਕਲੋ 10 ਪੀਸ ਹੋਣ 11 12 13 14 15 16 17 18 19 ਤੇ 20 21 21 ਪੀਸ ਐ ਨੇ ਵੱਡੇ ਵੱਡੇ ਕਬੂਤਰ ਜਿਹੜੇ ਉੱਡੇ ਉਡਾਏ ਨੇ ਠੀਕ ਹੈ ਭਾਈ ਜਾਨ ਵੱਡੇ ਕਬੂਤਰ ਜਿਹੜੇ ਉੱਡੇ ਉਡਾਏ ਜਿਆ ਵੇਖ ਲਓ ਠੀਕ ਛਾਦਾ ਵੀਊ ਤੁਹਾਨੂੰ ਦਿਖਾ ਦੇਵਾਂਗੇ ਮੁਕੰਮਲ ਤੁਸੀਂ ਵੇਖ ਲੈਣਾ 19 ਪੀਸ ਆ ਹੋ ਗਿਆ ਦੋ ਖੁੱਡਿਆਂ ਦੇ ਪਠੀਆਂ ਪਠੀਆਂ ਦਾ ਵੀ ਸ਼ੋਅ ਕਰਾਨੇ ਆ ਤੁਹਾਨੂੰ ਲੋ ਜਨਾਬ 21 ਪੀਸ ਹੋਣ ਤੇ 16 ਪੀਸ ਆ ਨੇ ਐ ਵੀ ਇਨਾ ਜੋੜਿਆਂ ਦੇ ਪੱਟੀਆਂ ਪੱਠੇ ਨੇ ਜਿਹੜੇ ਜੋੜੇ ਤੁਹਾਨੂੰ ਵਾਹੇ ਨੇ ਤੇ ਉੱਡੇ ਉਡਾਏ ਨੇ ਸ਼ਾਮ ਤੱਕ ਪਰਵਾਜ਼ਾਂ ਔਰ ਲੈਟਾਂ ਦੇ ਲੱਗੇ ਜੇ ਲੈਟਾਂ ਦੇ ਲੱਗੇ ਜੇ ਮੁਕੰਮਲ ਵਿਊ ਕਰਾਨੇ ਤੁਹਾਨੂੰ ਮੁਕੰਮਲ ਛੱਦ ਦਾ ਉਹ ਤੁਸੀਂ ਮੁਕੰਮਲ ਤਸੱਲੀ ਨਾਲ ਸ਼ੋਕ ਕਰ ਰਿਹਾ ਪੱਠੀਆਂ ਬੜਨੇ 6 7 ਪਰ 8 ਪਰ ਦੇ ਨੇ ਤੇ ਸ਼ਾਮ ਤੱਕ ਉਡੇ ਉਡਾਏ ਨੇ ਠੀਕ ਇਹ ਗੱਲ ਹੈ ਭਾਈ ਜਾਨ ਜਿਆ ਜੇ ਉਡੇ ਅਮਸ਼ਾ ਕੋ ਦਾਗ ਲੈ ਜਾਣ ਕੋਈ ਮਤਲਬ ਦਾਗ ਇਹ ਚੈੱਕ ਕਰਕੇ ਵੀ ਆਪਣਾ ਕੋਈ ਭਰਾ ਕਲੈਕ ਖੜਨਾ ਚਾਹੁੰਦਾ ਤੇ ਉਹ ਲੈ ਕੇ ਜਾ ਸਕਦਾ ਆਵਾਜ਼ ਨਹੀਂ ਚੜ ਕਰ ਕੋਈ ਬਦਲਾ ਨਹੀਂ 16 ਪੀਸ ਨੇ ਜਿਆ 16 ਪੀਸ ਨੇ 16 ਪੀਸ ਹੈ ਹੋ ਗਿਆ ਭਾਈ ਜਾਨ ਠੀਕ ਹੋ ਗਿਆ ਇਹ ਰਿਜ਼ਲਟਡ ਹੋ ਗਰੰਟਰਡ ਕਬੂਤਰ ਨੇ ਉਹ ਤੁਹਾਨੂੰ ਛੱਤ ਦਾ ਮੁਕੰਮਲ ਵਿਊ ਕਰਾਣੇ ਆ ਇਹ ਦੇਖੋ ਜੀ ਜਨਾਬ ਇਹ ਲਾਈਟਾਂ ਲੱਗੀਆਂ ਨੇ ਉੱਪਰ ਇਹ ਤਾਂ ਆਖ ਲੋ ਛੱਤ ਨਾਮਵਰ ਛੱਤ ਸੀ ਠੀਕ ਹੈ ਦੋਸਤੋ ਤੇ ਮੇਰਾ ਭਰਾਈ تسਲੀ ਵਾਲਾ ਕੰਮ ਹੈ تسਲੀ ਵਾਲਾ ਗਰੰਟੀ ਵਾਲਾ ਇਨਸ਼ਾਅੱਲਾ ਜਿਹੜਾ ਭਰਾ ਲਵੇਗਾ ਨਾ ਉਹ ਯਾਦ ਹੀ ਕਰੇਗਾ ਕਿ ਸਾਰੀ ਜ਼ਿੰਦਗੀ ਵਾਕੀ ਕਿਸੇ ਨੇ ਕਬੂਤਰ ਦਿੱਤੇ ਸੀ ਠੀਕ ਹੈ ਭਾਈ ਜਾਂ ਮੈਂ ਇਸ ਗਾਲ ਦੀ ਮੈਂ ਖੁਦ ਗਾਰੰਟੀ ਦੇਣਾ ਔਰ ਰਿਜ਼ਲਟ ਮੈਂ ਇਹਨਾਂ ਦੇ ਪਠੀਆਂ ਪਠਿਆਂ ਦੇ ਔਰ ਇਸ ਛੱਤ ਨੂੰ ਉਡਦੇ ਆ ਔਰ ਇਸ ਛੱਤ ਦੇ ਨਾਲ ਮੇਰਾ ਬੜਾ ਪੁਰਾਣਾ ਤਲਗਾ ਦੇ तकरीबन 5 ਸਾਲ ਤੋਂ ਮੈਂ ਇਹਨਾਂ ਦੇ ਪਠੀਆਂ ਪਠੇ ਸੇਲ ਕਰਦਾ ਰਿਹਾ ਹਾਂ ਠੀਕ ਹੈ ਦੋਸਤੋ ਤੇ ਜਨਾਬ ਜ਼ਰੂਰ ਜਿਨ੍ਹਾਂ ਦੋਸਤਾਂ ਭਾਈਆਂ ਦੀ ਸਮਝ ਚ ਆ ਜਾਣਗੇ ਨਾ ਉਹ ਭਾਈ ਸਾਡਾ ਨਾ ਰਾਬਤਾ ਕਰੇ ਨੰਬਰ ਨੋਟ ਕਰ ਲਓ 03071539639 ਠੀਕ ਹੋ ਗਿਆ ਭਾਈ ਜਾਨ WhatsApp ਨੰਬਰ ਇਹ ਵੇ ਤੇ 03594205926 ਇੱਕ ਕਾਲ ਨੰਬਰ ਹੈ ਕਾਲ ਕਰਕੇ ਤੇ ਤੁਸੀਂ رابطہ ਕਰ ਸਕਦੇ ਹੋ ਠੀਕ ਹੈ ਆਪਣੇ ਭਾਈ ਦੋਸਤ ਨੂੰ ਦਿਓ ਇਜਾਜ਼ਤ ਅੱਲਾ ਹਾਫਿਜ਼